ਗਲਤ ਖਬਰਾਂ ਚਲਾਉਣ ਵਾਲੇ ਮੀਡੀਆ ਆਦਾਰਿਆਂ ਨੂੰ ਬਾਪੂ ਬਲਕੌਰ ਦੀ ਨਸੀহত ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ ਤੇ ਉਸਦੇ ਕਤਲ ਦੀ ਹੋਰ ਵੀ ਕੜੀ ਉਲਝਾਈ ਜਾ ਰਹੀ ਹੈ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਨੂੰ 2 ਸਾਲ ਤੋਂ ਵੱਧਦਾ ਸਮਾਂ ਹੋ ਗਿਆ ਉਸ ਤੋਂ ਬਾਅਦ ਅੱਜ ਵੀ ਉਸ ਦੇ ਮਾਤਾ ਪਿਤਾ ਇਨਸਾਫ ਦੀ ਉਡੀਕ ਕਰ ਰਹੇ ਨੇ ਇਸੇ ਦੌਰਾਨ ਲੰਘੇ ਕੱਲ ਕੁਝ ਮੀਡੀਆ ਚੈਨਲਾਂ ਦੁਆਰਾ ਮੂਸੇਵਾਲੇ ਦੇ ਕਤਲ ਕੇਸ ਦੇ ਗਵਾਹਾਂ ਸੰਬੰਧੀ ਚਲਾਈਆਂ ਗਈਆਂ ਸਨ ਖਬਰਾਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਜਿਸ ਦੀ ਸਖਤ ਟਾੜਨਾ ਕੀਤੀ ਹੈ ਇਸ ਸੰਬੰਧੀ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮੀਡੀਆ ਵੱਲੋਂ ਕੇਸ ਸੰਬੰਧਿਤ ਗਵਾਹਾਂ ਬਾਰੇ ਖਬਰਾਂ ਚਲਾਉਣਾ ਨਿਰਾਸ਼ਵਿਹਾਰ ਰਿਹਾ ਅਤੇ ਕਿਸੇ ਅਣਸੁਖਾਵੀ ਘਟਨਾ ਤੇ ਬੇਬੁਨਿਆਦ ਚਰ ਉਕ ਪੇ ਤੇ ਇੱਕ ਪੋਸਟ ਸਾਂਝ ਕਰਦੇ ਆ ਕਿਹਾ ਕਿ ਸਿੱਧੂ ਦੇ ਜਾਣ ਤੋਂ 770 ਦਿਨ ਬਾਅਦ ਸਿੱਧੂ ਦੇ ਚੌਣ ਵਾਲਿਆਂ ਦੇ ਧਿਆਨ ਹਿੱਤ ਸਿੱਧੂ ਦੇ ਕਤਲ ਸੰਬੰਧੀ ਚੱਲ ਰਿਹਾ ਕੇਸ ਦੋਸ਼ੀਆਂ ਵੱਲੋਂ ਉਲਝਾਉਣ ਦੀਆਂ ਸੈਂਕੜੇ ਕੋਸ਼ਿਸ਼ਾਂ ਬਾਅਦ ਵੀ ਮਾਨਯੋਗ ਅਦਾਲਤ ਅੱਗੇ ਵਧ ਰਿਹਾ ਹੈ ਚਾਰਜ ਫ੍ਰੇਮ ਹੋਣ ਤੋਂ ਬਾਅਦ ਅਗਲੀਆਂ ਕਾਰਵਾਈਆਂ ਅਹਿਮ ਅਤੇ ਨਾਜ਼ੁਕ ਨੇ ਜਿਨ੍ਹਾਂ ਬਾਰੇ ਪਹਿਲਾਂ ਜਾਣਕਾਰੀ ਦੇਣਾ ਕੇਸ ਅਤੇ ਸੰਬੰਧਿਤ ਵਿਅਕਤੀਆਂ ਲਈ ਸਹੀ ਨਹੀਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮੀਡੀਆ ਵੱਲੋਂ ਕੇਸ ਸੰਬੰਧਿਤ ਗਵਾਹਾਂ ਬਾਰੇ ਖਬਰਾਂ ਚਲਾਉਣਾ ਨਿਰਾਸ਼ਵਕ ਕਰ ਰਿਹਾ ਹੈ ਤੇ ਕਿਸੇ ਅਣਸੁਖਾਵੀ ਘਟਨਾ ਤੇ ਬੇਬੁਨਿਆਦ ਚਰਚਾ ਨੂੰ ਵੀ ਸ਼ੁਰੂ ਕਰ ਰਿਹਾ ਹੈ ਜ਼ਿੰਮੇਵਾਰ ਮੀਡੀਆਦਾਰਾਂ ਨੂੰ ਕੇਸ ਅਤੇ ਸੰਬੰਧਿਤ ਵਿਅਕਤੀਆਂ ਬ ਹਰੇ ਪਰਿਵਾਰ ਵੱਲੋਂ ਸਾਂਝੀ ਕੀਤੀ ਜਾਂਦੀ ਰਹੇਗੀ ਦੱਸ ਦਈਏ ਕਿ ਲੰਗੇ ਕੱਲ ਮਾਨਸਾ ਦੀ ਅਦਾਲਤ ਚ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸੁਣਵਾਈ ਹੋਈ ਸੀ ਤੇ ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਤੈਅ ਕੀਤੀ ਗਈ ਸੀ ਜਿਸ ਤੋਂ ਬਾਅਦ ਕੁਝ ਮੀਡੀਆ ਆਦਾਰਿਆਂ ਨੇ ਇਸ ਦੀ ਵਜ੍ਹਾ ਅਦਾਲਤ ਚ ਗਵਾ ਨਾ ਹੋਣਾ ਦੱਸਿਆ ਸੀ